ਅੱਜ ਇੱਕ ਬਹੁਤ ਹੀ ਵੱਡੇ ਅੱਜ ਦੇ ਸ਼ੁਭ ਦਿਨ ਦੇ ਉੱਤੇ ਭਗਵਾਨ ਪਰਸ਼ੁਰਾਮ ਜਯੰਤੀ ਤੇ ਅਕਸ਼ਯ ਤ੍ਰਿਤੀਆ ਦੇ ਸ਼ੁਭ ਅਵਸਰ ਦੇ ਉੱਤੇ ਅੱਜ ਸਾਡੇ ਲੀਡਰ ਦਿੱਲੀ ਦੇ ਹਰਫਨ ਮੌਲਾ ਦਿੱਲੀ ਦੇ ਹਰਮਨ ਪਿਆਰੇ ਮੁੱਖ ਮੰਤਰੀ ਜੋ ਤੀਜੀ ਵਾਰੀ ਮੁੱਖ ਮੰਤਰੀ ਬਣੇ ਨੇ ਤੇ ਨਾਲ ਹੀ ਸਾਡੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਮਿਲੀ ਹੈ। ਇੱਕ ਫਰਜ਼ੀ ਕੇਸ ਜਿਹੜਾ ਪੂਰੇ ਦੇਸ਼ ਨੂੰ ਪਤਾ ਤੇ ਅੱਜ ਹਰ ਇੱਕ ਦੇਸ਼ ਭਗਤ ਜਿਹੜਾ ਅੱਜ ਹਰ ਇੱਕ ਦੇਸ਼ਵਾਸੀ ਬਹੁਤ ਖੁਸ਼ ਹੈ ਤੇ ਹੁਣ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਹਰ ਇੱਕ ਸਿਪਾਹੀ ਚ ਜਿਹੜੀ ਹੈ ਉਹ ਜਿਹੜੀ ਤਾਕਤ ਹੈ ਤੇ ਵੱਖਰੇ ਕਿਸਮ ਦਾ ਜੋਸ਼ ਹੈ ਤੇ ਮੈਂ ਹੁਣ ਦਾਅਵੇ ਨਾਲ ਕਹਿ ਸਕਦਾ ਜਿਵੇਂ ਮੁੱਖ ਮੰਤਰੀ ਸਾਹਿਬ ਸਾਡੇ ਭਗਵੰਤ ਮਾਨ ਜੀ ਨੇ ਆਖਿਆ ਸੀ 13-0 ਆਮ ਆਦਮੀ ਪਾਰਟੀ ਪੰਜਾਬ 13-0 ਤਾਂ ਕਰੂਗੀ ਕਰੂਗੀ, ਨਾਲ ਹੀ ਭਾਜਪਾ ਦੀ ਹਰ ਸੀਟ ਤੇ ਜ਼ਮਾਨਤ ਵੀ ਜ਼ਬਤ ਹੋਊਗੀ ਤੇ ਇਸ ਦੇ ਨਾਲ ਹੀ ਪੂਰੇ ਦੇਸ਼ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਜੀ ਇੱਕ ਐਸਾ ਚਿਹਰਾ ਹਨ, ਇੰਡੀਆ ਲਾਈਨਸ ਦੇ ਇੱਕ ਐਸੇ ਚਿਹਰੇ ਹਨ ਜਿਨ੍ਹਾਂ ਨੂੰ ਪੂਰੇ ਦੇਸ਼ ਦੇ ਵਿੱਚ ਲੋਕ ਜਾਣਦੇ ਹਨ, ਪੂਰੇ ਦੇਸ਼ ਦੇ ਲੋਕ ਉਹਨਾਂ ਤੇ ਵਿਸ਼ਵਾਸ ਕਰਦੇ ਹਨ, ਉਹਨਾਂ ਦੇ ਕਿਤੇ ਹੋਏ ਕੰਮਾਂ ਦਾ ਚਾਹੇ ਉਹ ਸਰਕਾਰੀ ਸਕੂਲ ਹੋਣ ਚਾਹੇ ਹਸਪਤਾਲ ਹੋਣ ਉਸ ਨੂੰ ਪੂਰਾ ਦੇਸ਼ ਜਾਣਦਾ ਹੈ। ਇਸ ਕਰਕੇ ਅਰਵਿੰਦ ਕੇਜਰੀਵਾਲ ਜੀ ਦਾ ਜਦੋਂ ਪ੍ਰਚਾਰ ਕਰਨਗੇ ਪੂਰੇ ਦੇਸ਼ ਦੇ ਵਿੱਚ ਇਸ ਦਾ ਪ੍ਰਭਾਵ ਪੂਰੇ ਇੰਡੀਆ ਲਾਈਨਸ ਨੂੰ ਪੂਰੇ ਦੇਸ਼ ਫਾਇਦਾ ਹੋਊਗਾ ਤੇ ਦਿੱਲੀ ਦੀ 7-7 ਸੀਟ ਵੀ ਆਮ ਆਦਮੀ ਪਾਰਟੀ ਜਿੱਤੂਗੀ, ਕੁਰੂਕਸ਼ੇਤਰ ਦੀ ਸੀਟ ਵੀ ਆਮ ਆਦਮੀ ਪਾਰਟੀ। ਮੈਂ ਤੁਹਾਨੂੰ ਕਹਿ ਰਿਹਾ ਘੱਟੋ ਘੱਟ 50 ਤੋਂ ਤਾਂ ਗਿਣਤੀ ਸ਼ੁਰੂ ਹੋਣੀ ਹੈ -50 ਤੋਂ ਤਾਂ, ਤੇ ਬਾਕੀ ਦੇਖਦੇ ਹਾਂ ਜੀ। ਅੱਜ ਇੱਕ ਬਹੁਤ ਹੀ ਵੱਡੇ ਅੱਜ ਦੇ ਸ਼ੁਭ ਦਿਨ ਦੇ ਉੱਤੇ ਭਗਵਾਨ ਪਰਸ਼ੁਰਾਮ ਜਯੰਤੀ ਤੇ ਅਕਸ਼ਯ ਤ੍ਰਿਤੀਆ ਦੇ ਸ਼ੁਭ ਅਵਸਰ ਦੇ ਉੱਤੇ ਅੱਜ ਸਾਡੇ ਲੀਡਰ ਦਿੱਲੀ ਦੇ ਹਰਫਨ ਮੌਲਾ ਦਿੱਲੀ ਦੇ ਹਰਮਨ ਪਿਆਰੇ ਮੁੱਖ ਮੰਤਰੀ ਜੋ ਤੀਜੀ ਵਾਰੀ ਮੁੱਖ ਮੰਤਰੀ ਬਣੇ ਨੇ ਤੇ ਨਾਲ ਹੀ ਸਾਡੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਮਿਲੀ ਹੈ। ਇੱਕ ਫਰਜ਼ੀ ਕੇਸ ਜਿਹੜਾ ਪੂਰੇ ਦੇਸ਼ ਨੂੰ ਪਤਾ ਤੇ ਅੱਜ ਹਰ ਇੱਕ ਦੇਸ਼ ਭਗਤ ਜਿਹੜਾ ਅੱਜ ਹਰ ਇੱਕ ਦੇਸ਼ਵਾਸੀ ਬਹੁਤ ਖੁਸ਼ ਹੈ ਤੇ ਹੁਣ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਹਰ ਇੱਕ ਸਿਪਾਹੀ ਚ ਜਿਹੜੀ ਹੈ ਉਹ ਜਿਹੜੀ ਤਾਕਤ ਹੈ ਤੇ ਵੱਖਰੇ ਕਿਸਮ ਦਾ ਜੋਸ਼ ਹੈ ਤੇ ਮੈਂ ਹੁਣ ਦਾਅਵੇ ਨਾਲ ਕਹਿ ਸਕਦਾ ਜਿਵੇਂ ਮੁੱਖ ਮੰਤਰੀ ਸਾਹਿਬ ਸਾਡੇ ਭਗਵੰਤ ਮਾਨ ਜੀ ਨੇ ਆਖਿਆ ਸੀ 13-0 ਆਮ ਆਦਮੀ ਪਾਰਟੀ ਪੰਜਾਬ 13-0 ਤਾਂ ਕਰੂਗੀ ਕਰੂਗੀ, ਨਾਲ ਹੀ ਭਾਜਪਾ ਦੀ ਹਰ ਸੀਟ ਤੇ ਜ਼ਮਾਨਤ ਵੀ ਜ਼ਬਤ ਹੋਊਗੀ ਤੇ ਇਸ ਦੇ ਨਾਲ ਹੀ ਪੂਰੇ ਦੇਸ਼ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਜੀ ਇੱਕ ਐਸਾ ਚਿਹਰਾ ਹਨ, ਇੰਡੀਆ ਲਾਈਨਸ ਦੇ ਇੱਕ ਐਸੇ ਚਿਹਰੇ ਹਨ ਜਿਨ੍ਹਾਂ ਨੂੰ ਪੂਰੇ ਦੇਸ਼ ਦੇ ਵਿੱਚ ਲੋਕ ਜਾਣਦੇ ਹਨ, ਪੂਰੇ ਦੇਸ਼ ਦੇ ਲੋਕ ਉਹਨਾਂ ਤੇ ਵਿਸ਼ਵਾਸ ਕਰਦੇ ਹਨ, ਉਹਨਾਂ ਦੇ ਕਿਤੇ ਹੋਏ ਕੰਮਾਂ ਦਾ ਚਾਹੇ ਉਹ ਸਰਕਾਰੀ ਸਕੂਲ ਹੋਣ ਚਾਹੇ ਹਸਪਤਾਲ ਹੋਣ ਉਸ ਨੂੰ ਪੂਰਾ ਦੇਸ਼ ਜਾਣਦਾ ਹੈ। ਇਸ ਕਰਕੇ ਅਰਵਿੰਦ ਕੇਜਰੀਵਾਲ ਜੀ ਦਾ ਜਦੋਂ ਪ੍ਰਚਾਰ ਕਰਨਗੇ ਪੂਰੇ ਦੇਸ਼ ਦੇ ਵਿੱਚ ਇਸ ਦਾ ਪ੍ਰਭਾਵ ਪੂਰੇ ਇੰਡੀਆ ਲਾਈਨਸ ਨੂੰ ਪੂਰੇ ਦੇਸ਼ ਫਾਇਦਾ ਹੋਊਗਾ ਤੇ ਦਿੱਲੀ ਦੀ 7-7 ਸੀਟ ਵੀ ਆਮ ਆਦਮੀ ਪਾਰਟੀ ਜਿੱਤੂਗੀ, ਕੁਰੂਕਸ਼ੇਤਰ ਦੀ ਸੀਟ ਵੀ ਆਮ ਆਦਮੀ ਪਾਰਟੀ। ਮੈਂ ਤੁਹਾਨੂੰ ਕਹਿ ਰਿਹਾ ਘੱਟੋ ਘੱਟ 50 ਤੋਂ ਤਾਂ ਗਿਣਤੀ ਸ਼ੁਰੂ ਹੋਣੀ ਹੈ -50 ਤੋਂ ਤਾਂ, ਤੇ ਬਾਕੀ ਦੇਖਦੇ ਹਾਂ ਜੀ। ਅੱਜ ਇੱਕ ਬਹੁਤ ਹੀ ਵੱਡੇ ਅੱਜ ਦੇ ਸ਼ੁਭ ਦਿਨ ਦੇ ਉੱਤੇ ਭਗਵਾਨ ਪਰਸ਼ੁਰਾਮ ਜਯੰਤੀ ਤੇ ਅਕਸ਼ਯ ਤ੍ਰਿਤੀਆ ਦੇ ਸ਼ੁਭ ਅਵਸਰ ਦੇ ਉੱਤੇ ਅੱਜ ਸਾਡੇ ਲੀਡਰ ਦਿੱਲੀ ਦੇ ਹਰਫਨ ਮੌਲਾ ਦਿੱਲੀ ਦੇ ਹਰਮਨ ਪਿਆਰੇ ਮੁੱਖ ਮੰਤਰੀ ਜੋ ਤੀਜੀ ਵਾਰੀ ਮੁੱਖ ਮੰਤਰੀ ਬਣੇ ਨੇ ਤੇ ਨਾਲ ਹੀ ਸਾਡੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਮਿਲੀ ਹੈ। ਇੱਕ ਫਰਜ਼ੀ ਕੇਸ ਜਿਹੜਾ ਪੂਰੇ ਦੇਸ਼ ਨੂੰ ਪਤਾ ਤੇ ਅੱਜ ਹਰ ਇੱਕ ਦੇਸ਼ ਭਗਤ ਜਿਹੜਾ ਅੱਜ ਹਰ ਇੱਕ ਦੇਸ਼ਵਾਸੀ ਬਹੁਤ ਖੁਸ਼ ਹੈ ਤੇ ਹੁਣ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਹਰ ਇੱਕ ਸਿਪਾਹੀ ਚ ਜਿਹੜੀ ਹੈ ਉਹ ਜਿਹੜੀ ਤਾਕਤ ਹੈ ਤੇ ਵੱਖਰੇ ਕਿਸਮ ਦਾ ਜੋਸ਼ ਹੈ ਤੇ ਮੈਂ ਹੁਣ ਦਾਅਵੇ ਨਾਲ ਕਹਿ ਸਕਦਾ ਜਿਵੇਂ ਮੁੱਖ ਮੰਤਰੀ ਸਾਹਿਬ ਸਾਡੇ ਭਗਵੰਤ ਮਾਨ ਜੀ ਨੇ ਆਖਿਆ ਸੀ 13-0 ਆਮ ਆਦਮੀ ਪਾਰਟੀ ਪੰਜਾਬ 13-0 ਤਾਂ ਕਰੂਗੀ ਕਰੂਗੀ, ਨਾਲ ਹੀ ਭਾਜਪਾ ਦੀ ਹਰ ਸੀਟ ਤੇ ਜ਼ਮਾਨਤ ਵੀ ਜ਼ਬਤ ਹੋਊਗੀ ਤੇ ਇਸ ਦੇ ਨਾਲ ਹੀ ਪੂਰੇ ਦੇਸ਼ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਜੀ ਇੱਕ ਐਸਾ ਚਿਹਰਾ ਹਨ, ਇੰਡੀਆ ਲਾਈਨਸ ਦੇ ਇੱਕ ਐਸੇ ਚਿਹਰੇ ਹਨ ਜਿਨ੍ਹਾਂ ਨੂੰ ਪੂਰੇ ਦੇਸ਼ ਦੇ ਵਿੱਚ ਲੋਕ ਜਾਣਦੇ ਹਨ, ਪੂਰੇ ਦੇਸ਼ ਦੇ ਲੋਕ ਉਹਨਾਂ ਤੇ ਵਿਸ਼ਵਾਸ ਕਰਦੇ ਹਨ, ਉਹਨਾਂ ਦੇ ਕਿਤੇ ਹੋਏ ਕੰਮਾਂ ਦਾ ਚਾਹੇ ਉਹ ਸਰਕਾਰੀ ਸਕੂਲ ਹੋਣ ਚਾਹੇ ਹਸਪਤਾਲ ਹੋਣ ਉਸ ਨੂੰ ਪੂਰਾ ਦੇਸ਼ ਜਾਣਦਾ ਹੈ। ਇਸ ਕਰਕੇ ਅਰਵਿੰਦ ਕੇਜਰੀਵਾਲ ਜੀ ਦਾ ਜਦੋਂ ਪ੍ਰਚਾਰ ਕਰਨਗੇ ਪੂਰੇ ਦੇਸ਼ ਦੇ ਵਿੱਚ ਇਸ ਦਾ ਪ੍ਰਭਾਵ ਪੂਰੇ ਇੰਡੀਆ ਲਾਈਨਸ ਨੂੰ ਪੂਰੇ ਦੇਸ਼
ਵਿਸ਼ੇਸ਼ ਫਾਇਦਾ ਹੋਊਗਾ ਤੇ ਦਿੱਲੀ ਦੀ ਸੱਤਾਂ ਤੋਂ ਸੱਤਾਂ ਸੀਟ ਵੀ ਆਮ ਆਦਮੀ ਪਾਰਟੀ ਜਿੱਤੂਗੀ, ਕੁਰੂਕਸ਼ੇਤਰ ਦੀ ਸੀਟ ਵੀ ਆਮ ਆਦਮੀ ਪਾਰਟੀ। ਮੈਂ ਤੁਹਾਨੂੰ ਕਹਿ ਰਿਹਾ 50 ਤੋਂ ਤਾਂ ਗਿਣਤੀ ਸ਼ੁਰੂ ਹੋਣੀ ਹੈ, -50 ਤੋਂ ਤਾਂ, ਤੇ ਬਾਕੀ ਦੇਖਦੇ ਹਾਂ ਜੀ।